ਸਸ ਸਿਕਾ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਏ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਹੈ ਜੀ ਇਸ ਦੇ ਲਈ ਟੀਚਰ ਦੀ ਵੈਕੈਂਸੀ ਜਿਹੜੀਆਂ ਨੇ ਆਊਟ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਬਹੁਤ ਵਧੀਆ ਸੈਲਰੀ ਜਿਹੜੀ ਹੈ ਜੀ ਤੁਹਾਡੀ ਰਹਿਣ ਵਾਲੀ ਹੈ ਕੀ ਤੁਹਾਡੀ ਏਜ ਲਿਮਿਟ ਰਹਿਣ ਵਾਲੀ ਹੈ ਸਿਲੇਬਸ ਕੀ ਰਹਿਣ ਵਾਲਾ ਹੈ ਸਾਰੀ ਜਾਣਕਾਰੀ ਮੈਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦੇਣ ਵਾਲਾ ਹਾਂ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਔਰ ਨਾਲ ਦੀ ਨਾਲ ਸਾਡੀ ਵੈਬਸਾਈਟ ਜੋ ਕਿ meetacademy.xyz ਹੈ ਤੁਸੀਂ ਉਸ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਉੱਥੋਂ ਤੁਸੀਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਸਾਰੇ ਰਿਕਰੂਟਮੈਂਟ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਕੇ ਆਂਦਾ ਹੀ ਰਵਾਂਗਾ ਜੁੜੇ ਰਹਿਣਾ ਸਾਡੇ ਨਾਲ ਸਾਰੇ ਜੋਬ ਰਿਲੇਟਡ ਅਪਡੇਟ ਸਭ ਤੋਂ ਪਹਿਲਾਂ ਲੈਣ ਦੇ ਲਈ ਤੇ ਨਾਲ ਦੀ ਨਾਲ ਤੁਸੀਂ ਚਾਹਦੇ ਹੋ ਹਰ ਇੱਕ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤਾਂ ਸਮਾਂ ਰਹਿੰਦੇ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਤੁਸੀਂ ਕਿਸੇ ਵੀ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਤੁਸੀਂ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਜੀ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਜੀ ਇੰਪੋਰਟੈਂਟ ਡੇਟਸ ਦੀ ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਅਪਲਾਈ ਕਰਨਾ ਜਿਹੜਾ ਜੀ ਉਹ ਸਟਾਰਟ ਹੋ ਜਾਵੇਗਾ 12 9 2022 ਤੋਂ ਮਤਲਬ 12 ਦਸੰਬਰ ਤੋਂ ਸਟਾਰਟ ਹੋ ਜਾਵੇਗਾ ਲਾਸਟ ਡੇਟ ਜਿਹੜੀ ਰਹਿਣ ਵਾਲੀ ਹੈ ਜੀ ਇਸ ਦੇ ਵਿੱਚ ਤੁਹਾਡੀ ਜਿਹੜੀ ਐਪਲੀਕੇਸ਼ਨ ਦੀ ਹੈ 3 10 2022 ਔਰ ਤੜੀ ਫੀ ਜਿਹੜੀ ਹੈ ਜੀ ਉਹ 6 10 2022 ਤੱਕ ਜਿਹੜੀ ਹੈ ਜੀ ਉਹ ਪਹੁੰਚ ਜਾਣੀ ਚਾਹੀਦੀ ਹੈ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ ਇਸ ਦੇ ਵਿੱਚ ਕਿ ਇਹਦੇ ਲਈ ਤੁਸੀਂ ਕਿਹੜੀ ਕਿਹੜੀ ਵੈਕੈਂਸੀਸ ਆਊਟ ਕੀਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਤਾਂ ਇਸ ਦੇ ਸੀ টিਜੀਟੀ ਦੀਆਂ ਵੈਕੈਂਸੀਸ ਨੇ ਦੀ ਇੰਗਲਿਸ਼ ਦੀਆਂ ਟੋਟਲ ਨੰਬਰ ਆਫ ਪੋਸਟ ਦੀ ਗੱਲ ਕਰਾਂ 17 ਨੇ TGT ਹਿੰਦੀ ਦੀਆਂ 3 ਪੋਸਟਾਂ ਨੇ TGT ਪੰਜਾਬੀ ਦੀਆਂ 2 ਪੋਸਟਾਂ ਨੇ TGT ਦੀ ਮੈਥ ਦੀਆਂ 17 ਪੋਸਟਾਂ ਨੇ TGT ਸਾਇੰਸ ਨਾਨ ਮੈਡੀਕਲ ਦੀਆਂ 31 ਪੋਸਟਾਂ ਨੇ TGT ਸਾਇੰਸ ਦੀਆਂ 4 ਪੋਸਟਾਂ TGT ਦੀ ਸੋਸ਼ਲ ਸਟਡੀ 16 ਪੋਸਟਾਂ ਨੇ ਉਸ ਤੋਂ ਬਾਅਦ ਟੋਟਲ ਵੈਕੈਂਸੀਸ 90 ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ 에ਸੈਂਸ਼ੀਅਲ ਕੁਆਲਿਫਿਕੇਸ਼ਨ ਦੀ ਅਗਰ ਮੈਂ ਗੱਲ ਕਰਾਂ ਤਾਂ ਇਸ ਦੇ ਵਿੱਚ ਜਿਹੜੇ ਕੈਂਡੀਡੇਟ ਹੈ ਉਹਨਾਂ ਦੀ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਜਿਹੜੀ ਹੈ ਜੀ ਜਿਹੜੀ ਕੁਆਲਿਫਿਕੇਸ਼ਨ ਹੈ ਕੰਪਲੀਟ ਹੋ ਜਾਣੀ ਚਾਹੀਦੀ ਹੈ ਤੇ ਇਸ ਦੇ ਵਿੱਚ ਤੁਹਾਡਾ ਜਿਹੜਾ ਗ੍ਰੈਜੂਏਸ਼ਨ ਹੈ ਜੀ ਠੀਕ ਹੈ ਜੀ ਕਿਸੇ ਵੀ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਰੈਲੇਵੈਂਟ ਸਬਜੈਕਟ ਦੇ ਨਾਲ ਜਾਂ ਇਲੈਕਟਿਵ ਸਬਜੈਕਟ ਵੀ ਹੈਗਾ ਹੈ 50% ਮਾਰਕਸ ਦੇ ਨਾਲ ਤਾਂ ਅਪਲਾਈ ਕੀਤਾ ਹੋਇਆ ਹੈ ਡਿਗਰੀ ਆਫ ਬੈਚਲਰ ਐਜੂਕੇਸ਼ਨ ਵਿਦ ਰੈਲੇਵੈਂਟ ਟੀਚਿੰਗ ਸਬਜੈਕਟ ਜਿਹੜੀ ਹੈ ਜੀ ਉਹ ਹੋਣੀ ਚਾਹੀਦੀ ਹੈ ਪਰ ਤੁਸੀਂ ਸੈਂਟਰ টিਚਰ ਐਲੀਜੀਬ 40 ਸਾਲ ਦੀ ਇੰਟੀਗ੍ਰੇਟਿਡ ਬੀਏ ਬੀਐਡ ਕੀਤੀ ਹੋਈ ਹੈ ਬੀਐਸਸੀ ਬੀਐਡ ਕੀਤੀ ਹੋਈ ਹੈ ਜਾਂ ਇਸ ਦੇ ਇਕੁਇਵਲੈਂਟ ਰਿਲੇਵੈਂਟ ਸਬਜੈਕਟ ਦੇ ਨਾਲ 50% ਮਾਰਕਸ ਦੇ ਨਾਲ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਸੀਟੈਟ ਤੁਸੀਂ ਪਾਸ ਕੀਤਾ ਹੋਇਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਜਿਹੜੇ ਨੇਮ ਪੋ ਇਹਦੇ ਵਿੱਚ ਸਬਜੈਕਟ ਜਿਹੜੇ ਹੈਗੇ ਨੇ ਕੁਆਲਿਫਿਕੇਸ਼ਨ ਜਿਹੜੀ ਹੈ ਜੀ ਉਹਨਾਂ ਨੇ ਦੱਸੀ ਹੋਈ ਹੈ ਕਿ ٹیਜੀਟੀ ਨਾਨ ਮੈਡੀਕਲ ਸਾਇੰਸ ਦੇ ਲਈ ਫਿਜ਼ਿਕ, కెਮਿਸਟਰੀ, ਮੈਥਮੈਟਿਕ ਜਿਨ੍ਹਾਂ ਨੇ ਰਿਲੇਵੈਂਟ ਸਬਜੈਕਟ ਨਾਲ ਗ੍ਰੈਜੂਏਸ਼ਨ ਕੀਤੀ ਹੋਈ ਹੈ ਬੀਐਡ ਸਾਇੰਸ ਜਾਂ ਮੈਥਮੈਟਿਕ ਨਾਲ ਕੀਤੀ ਹੋਈ ਹੈ ਠੀਕ ਹੈ ਜੀ ਬੀਏਸੀ ਬੀਐਡ ਜਾਂ ਬ ਕਿਹੇ ਸਬਜੈਕਟ ਦੇ ਨਾਲ ਤਾਂ ਅਪਲਾਈ ਕਰ ਸਕਦੇ ਨੇ ਸਾਇੰਸ ਦੇ ਲਈ ਜੀਓਲੋਜੀ ਬੋਟਨੀ కెਮਿਸਟਰੀ ਸਾਇੰਸ ਦੇ ਵਿੱਚ ਤੁਹਾਡੀ ਹੈਗੀ ਕੁਆਲੀਫਿਕੇਸ਼ਨ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਡੇ ਰੈਲੇਵੈਂਟ ਸਬਜੈਕਟ ਜਿਹੜੇ ਹੋਣੇ ਜ਼ਰੂਰੀ ਹੋਣਗੇ ਜੀ ਚਾਹੀ ਤੁਸੀਂ ਇਲੈਕਟਿਵ ਰੱਖਿਆ ਹੋਇਆ ਹੈ ਸਿਲੇਕਸ਼ਨ ਦੀ ਗੱਲ ਕਰੀਏ ਤਾਂ ਮੈਰਿਟ ਲਿਸਟ ਜਿਹੜੀ ਹੈ ਜੀ ਪ੍ਰਪੇਅਰ ਕੀਤੀ ਜਾਏਗੀ ਜੋ ਕਿ ਟੋਟਲ ਮਾਰਕਸ ਅਬਟੇਨਡ ਕੀਤੇ ਜਾਣਗੇ ਤੁਹਾਡੇ ਅਬਜੈਕਟਿਵ ਟਾਈਟਸਟ ਦੇ ਵਿੱਚ ਜੋ ਕਿ 150 ਮਾਰਕਸ ਦਾ ਰਹੇਗਾ ਪਾਰਟ A ਪਾਰਟ B ਜਿਹੜਾ ਜੀ ਕੰਡਕਟ ਕੀਤਾ ਜਾਏਗਾ ਮਲਟੀਪਲ ਸ਼ਿਫਟਸ ਦੇ ਵਿੱਚ ਸੈਸ਼ਨਸ ਦੇ ਵਿੱਚ ਠੀਕ ਹੈ ਜੀ ਕੁਆਲੀਫ ਦੀ ਦੇ ਕਿਹੜੇ ਜਿਹੜੇ ਦਿਮਾਕਸ ਆਣਗੇ ਜਿਨਾਂ ਨੂੰ ਉਹਨਾਂ ਕੈਂਡੀਡੇਟ ਨੂੰ ਹੀ ਕਨਸੀਡਰ ਕੀਤਾ ਜਾਏਗਾ ਸੋ ਇੰਟਰਵਿਊ ਇਹਦੇ ਵਿੱਚ ਤੁਹਾਡੀ ਨਹੀਂ ਹੋਣ ਵਾਲੀ ਹੈ ਜੀ ਬਾਕੀ ਪ੍ਰੋਪਰ ਉਹਨਾਂ ਨੇ ਸਿਲੇਬਸ ਲਿਖਿਆ ਹੋਇਆ ਟੋਟਲ ਨੰਬਰ ਆਫ ਕੁਐਸਚਨ 150 ਹੋਣਗੇ ਪਾਰਟ A 50 ਮਿੰਟ ਦਾ ਹੋਏਗਾ ਸਿੰਗਲ ਸ਼ਿਫਟ ਤੇ ਪਾਰਟ B ਜਿਹੜਾ 100 ਮਿੰਟ ਦਾ ਹੋਏਗਾ ਪਾਰਟ A ਦੇ ਵਿੱਚ ਜਨਰਲ ਅਵੇਅਰਨੈਸ ਰੀਜ਼ਨਿੰਗ ਅਰਿਥਮੈਟੀਕਲ ਐਂਡ ਨੰਮੈਰਿਕਲ ਅਬਿਲਿਟੀ ਦੇ 12 ਕੁਐਸਚਨ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਦੇ 12 ਕੁਐਸਚਨ ਟੀਚਿੰਗ ਐਪਟੀਟਿਊਡ ਪੈਡਾਗੋਗੀ ਦਾ ਜਿਹੜਾ ਜੀ 12 ਕੁਐਸਚਨ ਹੋਣਗੇ ਉਸ ਤੋਂ ਬਾਅਦ ਟੈਸਟ ਜਿਹੜਾ ਇੰਗਲਿਸ਼ ਹਿੰਦੀ ਪੰਜਾਬੀ ਲੈਂਗੁਏਜ ਕੰਪਰੀਹੈਂਸ਼ਨ ਜਿਹੜਾ ਜੀ ਉਹ ਹੋਏਗਾ ਜਿਸ ਦੇ ਵਿੱਚ 14 ਕੁਐਸਚਨਸ ਹੋਣਗੇ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇੱਥ ਜੀ ਸੋ ਇਸ ਦੇ ਵਿੱਚ 14 ਤੁਹਾਡੀ 네ਗੇਟਿਵ ਮਾਰਕਿੰਗ ਵੀ ਰਹੇਗੀ ਸਿਲੇਕਸ਼ਨ ਪ੍ਰੋਸੈਸ ਤੁਹਾਨੂੰ ਆਲਰੇਡੀ ਮੈਂ ਕਲੀਅਰ ਕਰ ਚੁੱਕੇ ਹਾਂ ਜੀ ਤੋਂ ਆਨਲਾਈਨ ਤੁਸੀਂ ਅਪਲਾਈ ਕਰਨਾ ਹੈ ਦੇ ਲਈ ਲਿੰਕ ਡਿਸਕ੍ਰਿਪਸ਼ਨ ਚ ਮੈਂ ਤੁਹਾਨੂੰ ਦੇ ਦੇਵਾਂਗਾ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ ਤੇ ਇਸੇ ਦੇ ਨਾਲ ਇਹਨਾਂ ਦੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੋਇਆ ਹੈ ਜਿੱਥੇ ਤੁਸੀਂ ਕਾਲ ਕਰਕੇ ਵਰਕਿੰਗ ਡੇ ਦੇ ਵਿੱਚ ਪੁੱਛ ਸਕਦੇ ਹੋ ਜੀ ਸਿਰਫ ਸਿਰਫ ਆਨਲਾਈਨ ਅਪਲਾਈ ਕਰਨਾ ਕੋਈ ਹੋਰ ਮੋਡ ਅਪਲਾਈ ਕਰਨ ਦਾ ਨਹੀਂ ਹੈ ਰਿਜੈਕਟ ਕਰ ਦਿੱਤਾ ਜਾਏਗਾ ਕਿਸੇ ਵੀ ਹੋਰ ਮੋਡ ਥਰੂ ਕਰਦੇ ਹੋ ਤਾਂ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ ਸਮਗਰ ਸਿੱਖਿਆ ਚੰਡੀਗੜ੍ਹ ਵੱਲੋਂ ਲੈਸੈਸਿਵ notification ਤੇ ਜਾ ਕੇ ਨੂੰ ਚੈੱਕ ਕਰ ਲੈਣਾ ਇਹ ਸੀਗਾ ਜੀ ਐਸ ਅ ਨੋਟੀਫਿਕੇਸ਼ਨ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ